ਜਦਾਂ ਪੁਰਸ ਦੇ ਕੇ ਹਟੇ ਤਾਂ ਬੀਬੀ ਦੀਆਂ ਪਸਲੀਆਂ ਤਰੁੱਟ ਗਈਆਂ ਹੈ। ਰਸੂਲ ਦੁਨੀਆਂ ਤੋਂ ਟੁਰੇ ਤਾਂ ਆਏ ਬੀਬੀ ਦਰਬਾਰ 'ਚ, ਫਰਮਾਇਆ ਮੇਰੇ ਬਾਬੇ ਦਾ ਹੱਕ ਦਿਓ ਮੈਨੂੰ। ਮਿਲਿਆ ਕੋਈ ਬਾਬੇ ਦੇ ਹੱਥ ਦੀ ਲਿਖੀ ਹੋਈ ਕੋਈ ਤਾਰੀਰ ਹੈ ਤੋ ਵੇਖਾ। ਮੇਰਾ ਦਿਲ ਆਦੇ ਬੀਬੀ ਪਹਿਲੀ ਵਾਰੀ ਚਾਦਰ ਚੋਂ ਹੱਥ ਬਾਹਰ ਕੱਢਿਆ ਉਸ ਮੈਂ ਇਸ ਜੁਮਲੇ ਦੀ ਜ਼ਿਆਦਾ ਵਜ਼ਾਹਤ ਨਹੀਂ ਕਰਨੀ, ਮੈਂ ਇਸ਼ਾਰੇ ਨਾਲ ਗੁਜ਼ਰ ਵੈਸਾਂ ਤੇ ਤੁਸੀਂ ਮੁਕਾਣ ਦੇ ਲੈ ਸੋ ਤੁਸੀਂ ਮੈਂ ਬੜੇ ਹੌਸਲੇ ਨਾਲ ਪਿਆ ਪੜ੍ਹਦਾ ਜ਼ਿਆਦਾ, ਮੈਂ ਇਸ਼ਾਰਾ ਕਰੇ ਨਾ ਤੁਸੀਂ ਸਮਝ ਕੇ ਆਪ ਹੀ ਮੁਕਾਣ ਦੇ ਲੈ ਸੋ। ਕੋਈ ਸਨਤ ਦੀ ਇਤਨੀ ਬੇਅਦਬੀ ਹੋਈ ਹੈ ਨਾ, ਜਦੋਂ ਬੀਬੀ ਸਨਤ ਪੇਸ਼ ਕੀਤੀ ਹੈ ਤੇ ਸਰ ਦੇ ਵਾਲ ਸਿਆਹ ਹੈ, ਜਦੋਂ ਸਨਤ ਦੇ ਪੁਰਦੇ ਚੁੜੇ ਤਾਂ ਸਰ ਦੇ ਵਾਲ ਸੁਫੈਦ ਹੋ ਗਏ। ਚਲ ਕਦੀ ਔਲਾਦ ਦਾ ਦਰਦ ਨਾ ਵੇਖਿਆ, ਮਰਹਬਾ ਅਜ਼ਾਦਾਰ। ਸਨਤ ਦੀ ਬੇਅਦਬੀ ਹੋਈ ਤੇ ਵਾਤਾ ਦੇਣ ਕੋਈ ਗਵਾਹ, ਫਰਮਾਇਆ ਅਲੀ ਗਵਾਹ, ਹਸਨੈਨ ਗਵਾਹ, ਉਮੈਮਨ ਗਵਾਹ, ਕੋਈ ਗਵਾਹੀ ਕਬੂਲ ਨਹੀਂ। ਇਹਦੂ ਸਨਤ ਦੇ ਪੁਰਜ਼ੇ ਹੋਏ ਚੁਣ ਕੇ ਅਜ਼ਾਦਾਰ, ਕੋਈ ਇਤਨੀ ਦੁਖੀ ਹੋਈ ਹੈ ਨਾ। ਇੱਥੇ ਮੈਂ ਬਜ਼ੁਰਗ ਆਲਮ ਦੀਨ ਦਾ ਜੁਮਲਾ ਨਕਲ ਕਰੇ ਨਾ, ਉਹ ਪੜ੍ਹਦੇ ਹਾਂ ਕਿਬਲਾ ਸਫਤਰ ਨਜ਼ਫੀ ਸਾਹਿਬ ਪੜ੍ਹਦੇ ਆਏ, ਦੁਆ ਮੰਗਿਆ ਕਰੋ ਸ਼ਾਲਾ ਕਦਰ ਅਲੀ ਸ਼ੈ ਕਦਰਦਾਨ ਦੇ ਹੱਥ 'ਚ ਆ। ਯੂਸਫ ਨੂੰ ਵੇਚਿਆ ਬੇਰਾਵਾਂ ਚੰਦ ਖੋਟੇ ਸਿੱਕਿਆਂ ਦੇ ਬਸ, ਯੂਸਫ ਦੀ ਇਹ ਕੀਮਤ ਨਹੀਂ। ਕਿਬਲਾ ਫਰਮੈਂਦੇ ਆਏ ਵੇਚਣ ਵਾਲਾ ਹੋਵਿਆ ਯਾਕੂਬ ਤੇ ਲੈਣ ਵਾਲੀ ਹੋਵਿਆ ਜ਼ੁਲੈਖਾ, ਵੱਧ ਕਦਰ ਹੋਵਿਆ ਕਿ ਯੂਸਫ ਦੀ ਕੀਮਤ ਕਿਆ ਹੈ। ਇੰਜੇ ਕਿਬਲਾ ਫਰਮੈਂਦੇ ਆਏ ਜਿਵੇਂ ਦੇਵਣ ਵਾਲਾ ਹੋਵਿਆ ਨਾ ਬਾਬਾ ਤੇ ਲੈਣ ਵਾਲੀ ਹੋਵਿਆ ਜ਼ਹਰਾ, ਵੱਧ ਵੇਖੀਏ ਆ ਕਾਇਨਾਤ ਲੈ ਕੇ ਆਉਂਦੀ ਹੈ ਜਾਂ ਹੱਥ ਪਾਸੇ ਤੇ ਰੱਖ ਕੇ ਵਾਪਸ। ਬੀਬੀ ਇਤਨੇ ਦੁਖੀ ਹੋਏ, ਇਹ ਮੈਂਬਰ ਮੇਰਾ ਬਾਬਾ ਬਾਂਦਾ, ਇਤਨੇ ਬੀਬੀ ਕੋਈ ਦੁਖੀ ਹੋਏ ਬਈ ਵਤ ਬੀਬੀ ਘਰ ਨਹੀਂ ਗਏ, ਬੀਬੀ ਸਿੱਧਾ ਬਾਬੇ ਦੀ ਕਬਰ ਤੇ ਆਈ ਤੇ ਬਾਬੇ ਦੀ ਕਬਰ ਤੇ ਆ ਕੇ ਮੈਂ ਗੁਰਬਤ ਪੜ੍ਹਦਾ ਬੀਬੀ ਦੀ ਤੇ ਤੁਸੀਂ ਰੋ ਪਾਉਂਦੇ ਹੋ। ਆ ਮੈਂ ਤੈਨੂੰ ਉਹ ਮਜਲਿਸ ਸੁਣਾਵਾਂ ਬੀਬੀ ਦੀ ਜਿਹੜੀ ਬੀਬੀ ਨੇ ਆਪਣੀ ਗੁਰਬਤ ਦੀ ਮਜਲਿਸ ਆਪ ਪੜ੍ਹੀ ਹੈ। ਉਹਦੇ ਤ੍ਰੈ ਲਫ਼ਜ਼ ਹਨ ਤਾਂ ਸ਼ੀਆਂ ਕਬਰ ਦੀਆਂ ਕੱਦਾਂ ਤਾਈਂ ਰੋਣਾ ਹੈ, ਉਹ ਤ੍ਰੈ ਲਫ਼ਜ਼ ਕਿਹੜੇ? ਤੂੰ ਰੋਵਣ ਵਾਸਤੇ ਆਪਣੇ ਆਪ ਨੂੰ ਤਿਆਰ ਰੱਖ। ਜਦਾਂ ਬਾਬੇ ਦੀ ਕਬਰ ਤੇ ਆਈਏ ਨਾ, ਪੈਗੰਬਰ ਦੀ ਕਬਰ ਦੀ ਮੱਟੀ ਖੁਸ਼ਕ ਨਹੀਂ ਹੋਈ। ਬੀਬੀ ਬਾਬੇ ਦੀ ਕਬਰ ਤੇ ਜਾਣ ਕੇ ਆ ਦੀਏ, ਬਾਬਾ ਮੈਂ ਹੁਣੇ ਤੇਰੇ ਦਰਬਾਰ ਚੁਖਾਲੀ ਵਾਲਾ ਹੀ। ਸੁਣੇ ਜੁਮਲਾ ਅਜ਼ਾਦਾਰ, ਬਾਬਾ ਬਾਬਾ ਮੈਂ ਹੁਣੇ ਤੇਰੇ ਦਰਬਾਰ ਚੁਖਾਲੀ ਵਾਲਾ ਹੀ ਹਾਂ, ਤੇ ਬਾਬਾ ਮੈਂ ਸਿਰਫ ਦਰਬਾਰ ਨਹੀਂ ਗਏ, ਤ੍ਰੈ ਲਫ਼ਜ਼ ਹਨ ਤੇਰੀ ਮੁਕਾਣ ਵਾਸਤੇ ਅਜ਼ਾਦਾਰ। ਫਰਮਾਇਆ ਬਾਬਾ ਸਿਰਫ ਦਰਬਾਰ ਨਹੀਂ ਗਈ, ਕਾਇਮਤੁਨ ਉਹ ਬੈਠੇ ਰਹਿਣ ਤੇਰੀ ਜ਼ਹਰਾ ਖੜੀ ਗਈ। ਮਰਹਬਾ ਮਰਹਬਾ ਅਜ਼ਾਦਾਰ, ਬਾਬਾ 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 ਮੈਂ ਸਿਰਫ ਖੜੀ ਨਹੀਂ ਰਹੀ, ਬਾਕੀਅਤੁਨ ਬਾਬਾ ਦੂਸਰਾ ਲਫ਼ਜ਼ ਤੇਰੇ ਹਵਾਲੇ ਕਰਾ, ਬਾਬਾ ਜਿਹੜੇ ਮਿੰਬਰ ਤੇ ਬੈਠੇ ਆਏ ਉਹ ਹੱਸਦੇ ਰਹਿਣ ਤੇਰੀ ਜ਼ਹਰਾ ਰੋਂਦੀ ਨਹੀਂ। ਮਰਹਬਾ ਅਜ਼ਾਦਾਰ ਮਰਹਬਾ ਅਜ਼ਾਦਾਰ, ਹੱਥ ਨਾ ਬੰਨੋ ਮੇਰੇ ਅੱਗੇ, ਬਾਬਾ ਬਾਬਾ ਉਹ ਹੱਸਦੇ ਰਹਿਣ ਤੇਰੀ ਜ਼ਹਰਾ ਰੋਂਦੀ ਰਹੀ ਹੈ। ਤੇ ਅਗਲਾ ਜੁਮਲਾ ਦਰਦਾਂ ਦਾ ਪਹਾੜ ਹੈ, ਬਾਬਾ ਸਿਰਫ ਰੋਂਦੀ ਨਹੀਂ ਰਹੀ, ਸਾਇਲਤੁਨ ਬਾਬਾ ਮੈਂ 3 ਘੰਟੇ ਹੱਕ ਮੰਗਦੀ ਰਹੀ ਹਾਂ, ਬਾਬਾ ਉਹ ਮੈਂ ਜੁੱਠ ਲੈਂਦੇ ਰਹੇ। ਮੇਰਾ ਦਿਲ ਆਦੇ ਰਸੂਲ ਦੀ ਕਬਰ ਚੋਂ ਆਵਾਜ਼ ਆਈ ਸੀ, ਬਤੂਲ ਰੋਂਦੀ ਕਿਉਂ ਹੈ? ਫਰਮਾਇਆ ਬਾਬਾ ਹੱਕ ਨਾ ਦੇਵੇ ਨਾ ਅਰਮਾਨ ਨਹੀਂ, ਜਿਗਰ ਪਿੱਟਦਾ ਅਜ਼ਾਦਾਰ ਇਹਨਾਂ ਜੁਮਲਿਆਂ ਤੇ, ਬਾਬਾ ਹੱਕ ਨਾ ਦੇਵੇ ਨਾ ਅਰਮਾਨ ਨਹੀਂ, ਸੰਨਤ ਪਾੜੀ ਨੇ ਅਰਮਾਨ ਨਹੀਂ, ਬਾਬਾ ਮੇਰੇ ਛੋਟੇ ਛੋਟੇ ਗਵਾਹ ਜੁੱਠ ਲਾਏ ਨੇ ਬਾਬਾ ਅਰਮਾਨ ਨਹੀਂ। ਅਜ਼ਾਦਾਰ ਤੇਰੀ ਮੁਕਾਣ ਵਾਸਤੇ ਜੁਮਲਾ ਦਾ, ਬਾਬਾ ਹਿੱਕਾ ਦੁੱਖ ਹੈ ਜਿਹੜਾ ਤੇਰੀ ਜ਼ਹਰਾ ਨੂੰ ਨਹੀਂ ਭੁੱਲਦਾ, ਤੇਰੇ ਮਿੰਬਰ ਤੇ ਬਾਣ ਵਾਲਾ ਵੱਲ ਵੱਲ ਇਸ਼ਾਰੇ ਕਰੇਂਦਾ ਹਾਂ, ਇਸ਼ਾਰੇ ਕਰਕੇ ਆਦਾ ਜ਼ਹਰਾ ਵੱਲ ਵੱਲ ਮਸਲਾ ਭੁੱਲ ਗਈ ਹੈ। ਹਾਏ 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 ਹਾਏ, ਬਾਬਾ ਮੈਂ ਜ਼ਹਰਾ ਪੂਜਾ ਮਸਲਾ ਭੁੱਲਣ ਪੂਜਾ। ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਸੁਬਹਾਨ ਅੱਲਾ ਅਜ਼ਾਦਾਰ, ਅੱਲਾਹ ਅਕਬਰ ਅਜ਼ਾਦਾਰ। ਉਹ ਹੁਣ ਵਹਿਣ ਕਰੀਏ, ਦੋ ਜੁਮਲੇ ਵਹਿਣ ਦੀ ਸ਼ਕਲ ਹੈ ਤੁਹਾਡੇ ਹਵਾਲੇ ਕਰਾਂ। ਅੱਲਾਹ ਅਕਬਰ ਅਜ਼ਾਦਾਰ, ਬੀਬੀ ਦੇ ਦੁੱਖ ਆਏ, ਬੀਬੀ ਦੇ ਦੁੱਖ ਆਏ। ਬੀਬੀ ਦੀ ਆਲ ਹੀ ਸੁਣੇ, ਮਦੀਨੇ ਦੇ ਲੋਕ ਤੁਹਾਨੂੰ ਸਲਾਮ ਹੀ ਨਹੀਂ ਕਰੇ, ਫਰਮਾਇਆ ਮੈਂ ਸਲਾਮ ਕਰੇ ਨਾ ਜਵਾਬ ਹੀ ਨਹੀਂ ਦੇ।
बीबी कैद होया है ना, बीबी जैनब कैद होया है, शाम आके कैदा छुट गई हैं, छुट गई हैं जनाबे सैयदा। वो मजलूम है जिड़ी अज तक बीबी कैद देने, अज भी जिंदी कबर ते चराग बालन आला कोई। ऐ शहरे मदीना तेरी गलियों में अभी तक हम बिनते पैगंबर की लहद ढूंढ रहे हैं, पता ही कोई। ऐ शहरे मदीना तेरी गलियों में अभी तक हम बिनते पैगंबर की लहद ढूंढ रहे हैं। इतनी मजलूम है सैयदा कि पता ही कोई नहीं मौला अली छुपाया कि थे। सुबहान अल्लाह, जिस दरवाजे ते बाबा रुक के कुरान पढ़दा, वैन करिए, जिस दरवाजे ते रुक के बाबा कुरान पढ़दा, उससे दरवाजे ते रसूल दे दुनिया दे टुर वञण तो बाद ए दो रबीउल अव्वल मुसलमान दरवाजे बतूल ते आए। पुछण वाले पुछे किदे वेंदे हो, आदे अली नु मिलन, जे आ गया तो ठीक, नहीं तो दरवाजे नु अग ला दे। मेरा पढ़ना आसान है, तेरा सुनना आसान है। अल्लाह हू अकबर। अज़ादार दरवाजे ते आके आ देन अली नु बाहर भेज, नहीं तो रंग बदल वे। हाँ रंग बदल वे सिया। अज़ादार बीबी ले जा पहचाणिया, अली नु नहीं भेजिया, हसनैन नु नहीं भेजिया, बीबी इंज टुरी है जिमें बाबा टुरदा हा। नक्शा जहन बना होना दरवाजे के पिछे आके बीबी इन बोलिए जिमें बाबा बोलेगा। इत बीबी त्रे मिनत कीतियां, मैं आदा क्यामत आ वजह बीबी ये मिनत न करे ना। जब बारू आवाज आई है ना अली नु बाहर भेज, बीबी पहली मिन्नत करके आ दे दरवाजे ते आवन वाला उच्चा ना बोल, मैं मोहम्मद दी थी। आवाज आई वाइन सन तो परवाह ही कोई नहीं। बीबी फरमाया भूल गए हो, कल ताई मेरा बाबा कुरान पढ़ता रहे। अली नु बाहर भेज, बीबी दूसरी मिन्नत करके आ दे दरवाजे ते आवन वाला उच्चा ना बोल, इस घर विच जन्नत दे सरदार रहंदे। बारहों आवाज आई सन परवाह नहीं। तीसरी मिन्नत तो पहले मैं आदा जमीन फट वजिया, क्यामत आ वजिया। जद बारहों आवाज आई ना सन परवाह नहीं। बीबी तीसरी मिन्नत करके आ दिन दरवाजे ते आवन वाला उच्चा ना बोल, इस घर विच मेरी ज़ैनब रहंदी, मेरिया परदादार धीया रहंदियां। इन्हें कोई हया नहीं किया, दरवाजे ने अग लाई ने, हुण दिल दुखे तो माफ करें आजादार। दरवाजे ने अग लाई ने, जान दे लकड़ी का दरवाजा जल जाए तो कोयला बन जाता। आजादार विच लोहे दियां मेखां लगियां होईयां हैं। जद अद्धा दरवाजा सड़ गया, एक जालिम का बच्चा पिछों भजदा आया, उस पैर की ठोकर मारी। अजादारों एक पासों बल्ला होया दरवाजा, दूजे पासों पत्थर की दीवार, हाथ च ज़ैनब दी मां। शर्मा के ना रोए, पता नहीं कह दी मजे। अजादारों बीबी बांधे बांधे मिट्टी ते बह गए, फरमाया फिजा उस परिंदे दुआ देना चाहते पर त्रुट वजे उड़ा
चावे वत उड नहीं सकदा मेरा सादिक इमाम है जदा पलदा होया दरवाजा मेरी जदा सहारा ते आया उस कुठे होए परिंदे वांग ताती उठया वल छाण को मरहबा 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 अजादार बस आखिरी जुमला आखिरी जुमला सुन लो तेरी इबादत मुकम्मल करे ना मेरी जद्दा उठया वल जान पोवेया अजादार अगला जुमला मासूम कौम दे हरम दे विच खतीब दी जबानी न सुने होए ना कदी जुर्रत न करा अजादारों सारी जिंदगी ए पहाड़ दर्दा दा रिवायत सारी जिंदगी आले मोहम्मद जनाबे सैयदा दे मसाइब नहीं भूल सके मैं मसाइब दी सदर तेरे हवाले करके मिंबर पे छोड़े ना अजादार इमाम हसन मुज्तबा किबला पे पढ़ दे आए हम इमाम हसन मुज्तबा अपनी जिंदगी दे 40 साल बाद मदीने दी गली चुपे लग दे आए नाल एक सहाबी मौजूदा सामने एक बंदा पिया उस बंदे के मेरे इमाम दिया अखा नाए कोई सावन दे बदल आए जिगर संभाले अजादार सहाबिया दे मौला रोंदे क्यों रो किया दे नौ जेड़ा सामने बंदा पिया आदा उस बंदे के मैनू पुरानी गल याद आई है सहाबिया दे मौला केड़ी गल याद आई है वेखे मेरे पास है सहाबिया दे मौला केड़ी गल याद आई है रो किया दे जदा मेरी उम्र 5 साल आई मुसलमान मेरे बाबे दे गल च रस्सी पा के दरबार लई वेंदे आए मेरी अम्मा सहरा मेरे बाबे दे कमरबंद च हाथ पाया ए ओ बे गैरत जिस मेरी मां दे मुंह ते तमाचा मारिया मेरी अम्मा ने गोशवारे जमीन ते ढह पाया रो रो के आदी आई मैं